ਖਨੌਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੌਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਏ ਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਜੀ ਇੱਕ ਬਰੌਡ ਡੈੱਡ ਸੀਗਾ ਉਸ ਨੂੰ ਮੌਰਚਰੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਸਟੇਬਲ ਨੇ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਆਪੇ ਪੋਸਟਮਾਰਟ ਜੇ ਤਾਂ ਲੱਗਦਾ ਹੁੰਦਾ ਸਿਰ ਹੈਡਿੰਗ ਇੰਜੀਨਰਲ ਡੈਥ ਹੋਈ ਹੈ ਹਾਂਜੀ ਹਾਂਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨੇ ਜੀ ਜਿੰਨੇ ਮਰਜੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਨ ਵੀ ਅਵੇਲੇਬਲ ਨੇ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਂਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਆ ਖਨੌਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੌਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਏ ਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਜੀ ਇੱਕ ਬਰੌਡ ਡੈੱਡ ਸੀਗਾ ਉਸ ਨੂੰ ਮੋਰਟਰੀ ਸ਼ਿਫ ਉਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਸਟੇਬਲ ਨੇ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਆਪੇ ਪੋਸਟਮਾਰਟ ਜੇ ਤਾਂ ਲੱਗਦਾ ਹੁੰਦਾ ਸਰ ਹੈਡ ਇੰਜਰੀ ਨਾਲ ਡੈਥ ਹੋਈ ਹਾਂਜੀ ਹਾਂਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨੇ ਜੀ ਜਿੰਨੇ ਮਰਜੀ ਪੇਸ਼ੈਂਟ ਆ ਜਾਣ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਿਨ ਵੀ ਅਵੇਲੇਬਲ ਹੈ ਡਾਕਟਰ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਂਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ